आप देख रहे हैं APN वेब न्यूज, हर रोज एक नई खबर के साथ। अपना पंजाब वेब न्यूज, आपका अपना न्यूज चैनल। ਬੰਦਾ ਇੱਥੇ ਕੋਈ ਵੀ ਨਹੀਂ ਆਉਂਦਾ, ਜੇ ਆਉਂਦੇ ਵੀ ਆ ਤਾਂ ਇੱਧਰੋਂ ਇੱਧਰੋਂ ਕਰਕੇ ਨਿਕਲ ਜਾਂਦੇ, ਬੰਦੇ ਸਾਡੀ ਗਲੀ 'ਚ ਵੜਦੇ ਹੀ ਨਹੀਂ ਹੈ। ਜਦੋਂ ਵੋਟਾਂ ਲੈਣੀਆਂ ਉਦੋਂ ਕਹਿ ਦਿੰਦੇ ਆਹ ਗਲੀ ਹੈਗੀ ਆ ਕਾਗਜ਼ਾਂ ਦੀ, ਉਸ ਤੋਂ ਬਾਅਦ ਕਹਿੰਦੇ ਗਲੀ ਹੈ ਨਹੀਂ ਕਾਗਜ਼ਾਂ ਦੇ ਵਿੱਚ। ਜਿਹੜੀਆਂ ਬੁੜੀਆਂ ਜਾਂਦੇ ਉਹਨੂੰ ਗਲ ਪੈਂਦਾ, ਉਹ ਬਤਮੀ ਜਿਹਾ ਬੋਲ ਵਿਸ਼ਵਾਸ ਨੂੰ ਬੋਲਣ ਦੇ ਅਕਲੀ ਹੈ। ਇਸ ਬੰਦ 'ਚ ਰਹਿਣਾ ਆ ਭਾਜੀ, ਇੱਥੇ ਮਹੀਨਾ ਹੋ ਗਿਆ ਪਾਣੀ ਨਹੀਂ ਆਉਂਦਾ, ਰਾਤ ਨੂੰ 9-10 ਵਜੇ ਪਾਣੀ ਆਉਂਦਾ, 11 ਵਜੇ ਬੰਦ ਹੋ ਜਾਂਦਾ ਆ। ਪਾਣੀ ਦੀ ਬੜੀ ਮੁਸ਼ਕਲ ਹੁੰਦੀ ਆ, 2 ਦਿਨ ਤੋਂ ਪਾਣੀ ਨਹੀਂ ਆ ਰਿਹਾ ਹੈਗਾ, ਅਸੀਂ ਪਾਣੀ ਤੋਂ ਬੜੇ ਤੰਗ ਹੈਗੇ ਹਾਂ। ਰਿਸੀਵਰ ਦਾ ਪਾਣੀ ਦਾ ਟੂਟੀਆਂ ਦਾ ਪਾਣੀ ਸਾਰਾ ਮਿਕਸ ਹੋ ਕੇ ਆ ਰਿਹਾ ਹੈਗਾ, ਸਾਨੂੰ ਬੜੀ ਤੰਗੀ ਹੈ। ਕੋਈ ਕੌਂਸਲ ਕੋਈ ਮੇਅਰ ਕੋਈ ਸੁਣਦਾ ਨਹੀਂ ਸਾਡੀ ਗੱਲ, ਗਲੀਆਂ 'ਚ ਵੀ ਗੰਦ ਬੜਾ ਪਿਆ ਹੋਇਆ। ਕੌਂਸਲਰ ਕੌਣ ਤੁਹਾਡੇ? ਕੌਂਸਲਰ ਹੈਗਾ ਭਾਜੀ ਵਿਜੇ ਕੁਮਾਰ ਕੌਂਸਲਰ। ਅਤੇ ਤੁਸੀਂ ਕਿੰਨੇ ਦਿਨ ਹੋ ਗਏ ਉਹਨਾਂ ਕੰਪਲੇਂਟ ਨਹੀਂ ਕੀਤੀ? ਭਾਜੀ ਕੰਪਲੇਂਟ ਤਾਂ ਅਸੀਂ ਸ਼ਿਵਾਸ ਨੂੰ ਕਹਿੰਦੇ, ਸ਼ਿਵਾਸ ਸਾਡੀ ਗੱਲ ਨਹੀਂ ਸੁਣਦਾ, ਕੋਈ ਨਹੀਂ ਗੱਲ ਸੁਣਦਾ। ਸ਼ਿਵਾਸ ਕੌਣ ਹੈ ਜੀ? ਸ਼ਿਵਾਸ ਉਹ ਕੌਂਸਲ ਦਾ ਪੀਅਨ ਹੈਗਾ ਜੀ। ਅੱਛਾ ਜੀ, ਹਾਂਜੀ ਭਾਜੀ। ਅਤੇ ਤੁਸੀਂ ਪਾਣੀ ਕਿੱਥੋਂ ਲੈ ਕੇ ਆਉਂਦੇ ਨੇ? ਭਾਜੀ ਪਾਣੀ ਸਟੇਸ਼ਨ ਤੋਂ ਲੈ ਕੇ ਆਉਂਦੇ, ਭਰ ਭਰ ਕੇ ਪਾਣੀ, ਉਹ ਵੀ ਗੰਦਾ ਪਾਣੀ ਆਉਂਦਾ ਸੀ ਪਹਿਲਾਂ ਟੂਟੀਆਂ ਵਿੱਚ।